ਕੀ ਨਾਮ ਹੈ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੀ ਮਲੇਰਕੋਟਲਾ ਸਾਹਿਬ ਸਰ ਕਿੱਦਾਂ ਦੇਖ ਰਹੇ ਹੋ ਬਰਸਾਤ ਪੈ ਰਹੀ ਹੈ ਮੌਸਮ ਤੇ ਬਸਤ ਹੋਇਆ ਵਾ ਸੱਚੇ ਸ਼੍ਰੀ ਹਰਿਮੰਦਰ ਸਾਹਿਬ ਆਏ ਸੀ ਮੱਥਾ ਟੇਕਣ ਹਾਂਜੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਾਣੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਕੰਨੀ ਗਏ ਸੀ ਉੱਧਰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਕਾਫੀ ਜ਼ਿਆਦਾ ਪਾਣੀ ਖੜਾ ਨਾਲੀਆਂ ਦੀ ਕੋਈ ਨਿਕਾਸ ਹੀ ਨਹੀਂ ਹੈਗਾ ਤੇ ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਆ ਸਾਰੀ ਸੰਗਤਾਂ ਨੂੰ ਪ੍ਰੋਬਲਮ ਆ ਰਹੀ ਹੈ ਨਾ ਇਹ ਲੱਗਦਾ ਕਿ ਜਿੱਦਾਂ ਵਧੀਆ ਕੰਪਲੈਕਸ ਬਣਾਇਆ ਗਿਆ ਪਰ ਪਾਣੀ ਦੀ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਹਾਂ ਪਾਣੀ ਦਾ ਵਿਕਾਸ ਜ਼ਰੂਰੀ ਆ ਜਿੰਨਾ ਵਧੀਆ ਬਣਾਇਆ ਹੋਇਆ ਉਹਨਾਂ ਦਾ ਪਾਣੀ ਦਾ ਵਿਕਾਸ ਹੋਵੇ ਤੇ ਸੁੰਦਰਤਾ ਨੂੰ ਹੋਰ ਵਧਾ ਦੂਗਾ ਨਾ ਉਹ ਵੈਸੇ ਗਰਮੀ ਵਧਣ ਦਾ ਕਾਰਨ ਕੀ ਸਮਝ ਰਹੇ ਹੋ ਕਿ ਪੌਦੇ ਵਗੈਰਾ ਪੰਜਾਬ 'ਚ ਘੱਟ ਹੋਣ ਹਾਂ ਪੌਦੇ ਜ਼ਰੂਰੀ ਨੇ ਨਾ ਲੱਗਣੇ ਜੇ ਪੌਦੇ ਨੇ ਤਾਂ ਹੀ ਆਪਾਂ ਵਧੀਆ ਰਹਿ ਸਕਦੇ ਹਾਂ ਪੌਦੇ ਆਪਣੇ ਲਈ ਬਹੁਤ ਜ਼ਰੂਰੀ ਨੇ ਨਾ ਛਾਂ ਵੀ ਦੇਣਗੇ ਇੱਥੇ ਆਉਂਦੇ ਜਾਂਦਿਆਂ ਨੂੰ ਆਪਣੇ ਲਈ ਫਾਇਦਾ ਹੀ ਆ ਤੇ ਹੁਣ ਤੁਸੀਂ ਪਾਣੀ 'ਚ ਲੰਘ ਗਏ ਬੂਟ ਸਾਰੇ ਗਿੱਲੇ ਬੂਟ ਸਾਰੇ ਗਿੱਲੇ ਨੇ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਕਾਹਦਾ ਕੰਮ ਹੈ ਜੀ ਭਾਜੀ ਇਹੋ ਹੀ ਆ ਬੈਟਰੀ ਦਾ ਕੰਮ ਕਰਦੇ ਹਾਂ ਪਾਣੀ ਜਿਹੜਾ ਖੜਾ ਵਾ ਜਦੋਂ ਕੋਈ ਸਵਾਰੀ ਲੈ ਕੇ ਕਿੰਨੀ ਮੁਸ਼ਕਲ ਆ ਰਹੀ ਬਰਸਾਤ ਮੁਸ਼ਕਲ ਭਾਜੀ ਇੱਦਾਂ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਮੁਸ਼ਕਲਾਂ ਹੁੰਦੀਆਂ ਚਾਰ ਚੁਫੇਰੇ ਸੀਵਰਾਂ ਦੇ ਵੀ ਜਿਹੜਾ ਬੰਦ ਆ ਤੇ ਪਾਣੀ ਨਿਕਲਦਾ ਨਹੀਂ ਆ ਤੇ ਸੜਕਾਂ 'ਚ ਵੀ ਟੋਏ ਆ ਜਿਹੜੀ ਮਰਜ਼ੀ ਗਲੀ 'ਚ ਵੜ ਜਾਓ ਸਿਰਫ ਆਹ ਥੋੜ੍ਹਾ ਉਹ ਇਲਾਕਾ ਇੰਨਾ ਸਾਫ਼ ਜਿਹੜਾ ਕਿੰਨਾ ਥੋੜ੍ਹਾ ਕੀਤਾ ਵਾ ਤੁਹਾਨੂੰ ਕਿੰਨੀ ਮੁਸ਼ਕਲ ਆਉਂਦੀ ਮੁਸ਼ਕਲ ਫਿਰ ਸਾਰ ਮੁਸ਼ਕਲ ਤਾਂ ਹੋਣੀ ਆ ਸਵਾਰੀ 'ਤੇ ਵੀ ਪਾਣੀ ਪੈਂਦਾ ਆਪਣੇ ਤੇ ਵੀ ਪੈਂਦਾ ਜੇ ਤੇਜ਼ ਗੱਡੀ ਲੈ ਕੇ ਲੰਘਦਾ ਤਾਂ ਵੀ ਪਾਣੀ ਪੈਂਦਾ ਖੱਡੇ 'ਚ ਵੱਜ ਗੱਡੀ ਤਾਂ ਵੀ ਪਾਣੀ ਪੈਂਦਾ ਮੈਂ ਤਾਂ ਜਦੋਂ ਸਵਾਰੀ ਬੈਠੀ ਹੁੰਦੀ ਹੈ ਕਿ ਖਤਰਾ ਪਤਾ ਨਹੀਂ ਕਿ ਪਾਣੀ 'ਚ ਖੜਾ ਹੋਵੇਗਾ ਹਾਂਜੀ ਖੱਡਾ ਹੋ ਸਕਦਾ ਜੀ ਕੀ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਪ੍ਰਸ਼ਾਸਨ ਨੂੰ ਇਹੋ ਅਪੀਲ ਆ ਕਿ ਇਹਦਾ ਸੁਧਾਰ ਕੀਤਾ ਜਾਵੇ ਤੇ ਸਾਰੇ ਜਿਹੜੇ ਆ ਉਹ ਪਾਣੀ ਦਾ ਜਿਹੜਾ ਨਿਕਾਸ ਕੀਤਾ ਜਾਵੇ ਚੰਗੀ ਤਰ੍ਹਾਂ ਸਾਰੇ ਸ਼ਹਿਰ ਦੇ ਵਿੱਚੋਂ ਹਾਂਜੀ ਜਿਹੜੇ ਸੰਗਤ ਆਉਂਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਨੂੰ ਮੁਸ਼ਕਲ ਆ ਕਿਉਂਕਿ ਕਈ ਸੰਗਤ ਤੁਰ ਕੇ ਜਾਣ ਵਾਲੀ ਹੁੰਦੀ ਆ ਕੋਈ ਪੈਸੇ ਖਰਚ ਕੇ ਜਾਣ ਵਾਲੀ ਹੁੰਦੀ ਆ ਤੇ ਜਿਹੜੇ ਤੁਰ ਕੇ ਜਾਣ ਵਾਲੀ ਸੰਗਤ ਆ ਉਹਨਾਂ ਨੂੰ ਜ਼ਿਆਦਾ ਮੁਸ਼ਕਲ ਆ ਕਿਉਂਕਿ ਉਹਨਾਂ ਦੇ ਜੁੱਤੀਆਂ ਲੀੜੇ ਸਭ ਭਿੱਜ ਜਾਂਦੇ ਆ ਬਰਸਾਤ ਵਿੱਚ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਉਹਦਾ ਸੁਧਾਰ ਕੀਤਾ ਜਾਵੇ ਪਾਣੀ ਦਾ ਨਿਕਾਸ ਕੀਤਾ ਜਾਵੇ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਬਰਸਾਤ ਦਾ ਪਾਣੀ ਉਹ ਨਾਲੇ ਦੇ ਵਿੱਚ ਵੜਦਾ ਜਾਵੇ ਸੀਵਰਾਂ 'ਚ ਵੜਦਾ ਜਾਵੇ ਉਹਦੀ ਸਫਾਈ ਹੋਵੇ ਆਪਣਾ ਨਾਮ ਦੱਸ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਹੈ ਜੀ ਅਮਰ ਸਿੰਘ ਅਮਰ ਸਿੰਘ ਜੀ ਜਿਹੜਾ ਮੀਂਹ ਪੈ ਰਿਹਾ ਕਿੰਨਾ ਫਾਇਦੇਮੰਦ ਹੈ ਜੀ ਦੇਖੋ ਮੀਂਹ ਤਾਂ ਗਰਮੀ ਤੋਂ ਬਹੁਤ ਵਧੀਆ ਰਾਹਤ ਹੈ ਬਹੁਤ ਵਧੀਆ ਫਾਇਦੇ ਵਾਲੀ ਹੈ ਬਹੁਤ ਵਧੀਆ ਗੱਲ ਹੈ ਮੀਂਹ ਪੈ ਰਿਹਾ ਵਧੀਆ ਗੱਲ ਹੈ ਪਰ ਜਿਹੜਾ ਪਾਣੀ ਖੜਾ ਇੱਥੇ ਜਿਹੜੀ ਸਾਰਾ ਗਾੜੀ ਸਤਿ ਸ਼੍ਰੀ ਅਕਾਲ ਮੰਦਰ ਸਾਹਿਬ ਨੂੰ ਜਾਣਾ ਰਸਤਾ ਉੱਥੇ ਆਮ ਸ਼ਰਧਾਲੂ ਨੂੰ ਬੜੀ ਮੁਸ਼ਕਲ ਆ ਰਹੀ ਤੁਹਾਨੂੰ ਵੀ ਮੁਸ਼ਕਲ ਆ ਰਹੀ ਲੰਘਣ ਦੇ ਵਿੱਚ ਦੇਖੋ ਜੀ ਹਰ ਬੰਦੇ ਨੂੰ ਚਾਹੇ ਜਦੋਂ ਬਾਹਰੋਂ ਕੋਈ ਸੰਗਤ ਆਈ ਹੈ ਉਹਨੂੰ ਵੀ ਹੈ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਬਹੁਤ ਆਮ ਵੀ ਤਾਂ ਖਾਸ ਵੀ ਇਹ ਮੁਸ਼ਕਲ ਹਰ ਇੱਕ ਨੂੰ ਹੈ ਆਮ ਨੂੰ ਵੀ ਮੁਸ਼ਕਲ ਆ ਅਤੇ ਖਾਸ ਨੂੰ ਮੁਸ਼ਕਲ ਹੈ ਵੇਖੋ ਜੀ ਇਹਦਾ ਮੀਂਹ ਹੈ ਨਾ ਸਿਹਤ ਵਾਸਤੇ ਤਾਂ ਬਹੁਤ ਵਧੀਆ ਹੈ ਲੇਕਿਨ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ ਨਾ ਇਹਦੇ ਵਾਸਤੇ ਤਾਂ ਬਹੁਤ ਇਹ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਥੋੜ੍ਹਾ ਜਿਹਾ ਹਜੇ ਕੋਈ ਇੰਨਾ ਵੱਡਾ ਮੀਂਹ ਪਿਆ ਨਹੀਂ ਹਜੇ ਮੀਂਹ ਇੰਨਾ ਵੱਡਾ ਪਿਆ ਨਹੀਂ ਥੋੜ੍ਹਾ ਮੀਂਹ ਪਿਆ ਪਰ ਥੋੜ੍ਹੇ ਮੀਂਹ ਪੈਣ ਨਾਲ ਹੀ ਇੱਕ ਬਰਸਾਤ ਪਾਣੀ ਖਲੋ ਗਿਆ ਅਤੇ ਇਹਦੇ ਵਾਸਤੇ ਹਰ ਮੌਕਿਆਂ ਜਦੋਂ ਕੋਈ ਹੁੰਦਾ ਹੈ ਇਹ ਕਰਦੇ ਲੇਕਿਨ ਪ੍ਰਸ਼ਾਸਨ ਜਿਹੜਾ ਹੈ ਇਹ ਕੰਮ ਕਰਨ ਦੀ ਨਿੰਦਾ ਸੁੱਤਾ ਹੈ ਇਹ ਕੰਮ ਕਰਨ ਦੀ ਨਿੰਦਾ ਸੁੱਤਾ ਹੈ ਇਹ ਜਦੋਂ ਦਾ ਬਣਿਆ ਆ ਉਦੋਂ ਦਾ ਹੀ ਇਹ ਹਾਲ ਹੈ ਅਤੇ ਪਾਣੀ ਥੋੜ੍ਹਾ ਹੀ ਮੀਂਹ ਪੈਂਦਾ ਹੈ ਅਤੇ ਪਾਣੀ ਖਲੋ ਜਾਂਦਾ ਹੈ ਇਹਦੇ ਬਾਰੇ ਜਿਹੜਾ ਸਰਕਾਰ ਹੈ ਉਹਨੂੰ ਸੋਚਣਾ ਚਾਹੀਦਾ ਕੋਈ ਸੀਵਰ ਵੱਡੇ ਹੋ ਜਾਣ ਗਰਮੀ ਵਧਣ ਦਾ ਕਾਰਨ ਕੀ ਸਮਝ ਰਹੇ ਹੋ ਦਰਖਤ ਕੱਟੇ ਜਾ ਰਹੇ ਆ ਗਰਮੀ ਭਾਜੀ ਇੱਥੇ ਬੜੇ ਸੋਹਣੇ ਵਧੀਆ ਦਰਖਤ ਹੁੰਦੇ ਸਨ ਇੱਥੇ ਬਹੁਤ ਵਧੀਆ ਦਰਖਤ ਹੁੰਦੇ ਸਨ ਕੋਈ ਜਦੋਂ ਮੀਂਹ ਕਣੀ ਪੈਂਦਾ ਸੀ ਕੋਈ ਆ ਕੇ ਦਰਖਤ ਥੱਲੇ ਖਲੋ ਜਾਂਦਾ ਸੀ ਜਦੋਂ ਧੁੱਪ ਹੁੰਦੀ ਸੀ ਉਦੋਂ ਕੋਈ ਸ਼ਾਮੇ ਖਲੋ ਜਾਂਦਾ ਸੀ ਅਤੇ ਜਿੰਨੇ ਵੀ ਆ ਸੁੰਦਰਤਾ ਵਾਸਤੇ ਇਹਨਾਂ ਆਪਣੇ ਸੁੰਦਰਤਾ ਕਹਿੰਦੇ ਸੁੰਦਰਤਾ ਕਿਹਦੇ ਨਾਲ ਹੈ ਮਨੁੱਖਾਂ ਨਾਲ ਅਤੇ ਰੁੱਖਾਂ ਨਾਲ ਜੇ ਰੁੱਖ ਹੈ ਤਾਂ ਮਨੁੱਖ ਹੈ ਜੇ ਰੁੱਖ ਹੈ ਤਾਂ ਮਨੁੱਖ ਹੈ ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ ਅਤੇ ਇੱਥੇ ਸੋਹਣਾ ਰੁੱਖ ਲੱਗਣੇ ਚਾਹੀਦੇ ਨੇ ਅਤੇ ਲੋਕਾਂ ਨੂੰ ਰਾਹਤ ਹੋਣੀ ਚਾਹੀਦੀ ਹੈ ਵਧੀਆ ਜਿਹੜਾ ਅਸਲੀ ਦਰਖਤ ਹੈ ਆਹ ਨਕਲੀ ਦਰਖਤ ਨਹੀਂ ਆਹ ਗਮਲਿਆਂ 'ਚ ਦਰਖਤ ਲਾਏ ਨੇ ਗਮਲਿਆਂ 'ਚ ਦਰਖਤ ਲਾਏ ਨੇ ਉਹ ਦਰਖਤ ਨਹੀਂ ਉੱਥੇ ਜਗ੍ਹਾ ਹੀ ਵਧੀਆ ਕਰਕੇ ਟੋਇਆ ਮਾਰ ਕੇ ਵਧੀਆ ਦਰਖਤ ਲੱਗਣ ਅਤੇ ਲੋਕਾਂ ਨੂੰ ਰਾਹਤ ਆਵੇ ਗਰਮੀ ਤੋਂ ਵੀ ਰਾਹਤ ਆਏਗੀ ਬਹੁਤ ਵਧੀਆ ਗੱਲ ਕੀ ਨਾਮ ਹੈ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਜੀ ਮਲੇਰਕੋਟਲਾ ਸਾਹਿਬ ਸਰ ਕਿੱਦਾਂ ਦੇਖ ਰਹੇ ਹੋ ਬਰਸਾਤ ਪੈ ਰਹੀ ਹੈ ਮੌਸਮ ਤੇ ਬਸਤ ਹੋਇਆ ਵਾ ਸੱਚੇ ਸ਼੍ਰੀ ਹਰਿਮੰਦਰ ਸਾਹਿਬ ਆਏ ਸੀ ਮੱਥਾ ਹਾਂਜੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੇ ਕਿੰਨੀ ਪਾਣੀ ਤੋਂ ਕਿੰਨੀ ਪ੍ਰੋਬਲਮ ਆ ਰਹੀ ਹੈ ਪਾਣੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਕੰਨੀ ਗਏ ਸੀ ਉੱਧਰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਕਾਫੀ ਜ਼ਿਆਦਾ ਪਾਣੀ ਖੜਾ ਨਾਲੀਆਂ ਦੀ ਕੋਈ ਨਿਕਾਸ ਹੀ ਨਹੀਂ ਹੈਗਾ ਤੇ ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਸਾਰੀ ਸੰਗਤਾਂ ਨੂੰ ਪ੍ਰੋਬਲਮ ਆ ਰਹੀ ਹੈ ਨਾ
लगता कि जिदा वधिया कंपलैक्स बनाया गया पर पानी की पानी का विकास होना चाहिए। हाँ पानी का विकास जरूरी आ, जिन्ना वधिया बनाया हुआ उन्ना पानी का विकास हो सुंदरता होर वधा दूगा ना वो। वैसे गर्मी वधन का कारण की समझ रहे हो कि पौधे वगैरह पंजाब च घट हो? हाँ पौधे पौधे जरूरी नहीं ना लगने, जो पौधे ने तो ही आप वधिया रह सकते हैं, पौधे अपने लिए बहुत जरूरी ने ना, छां भी देणगे इत्थे आउंदे जांदे नूं अपने लिए फायदा ही है। तो हुण तुसीं पानी च लंघ गए, बूट सारे गिले? बूट सारे गिले ने। मेरा नाम जगतार सिंह है जी। कहदा काम है जी? भाई एहो ही है, बैटरी का काम करदा। मुश्किल भाजी इदा है, बरसात के मौसम के तुम पता ही है मुश्किल होंगे, चार चपेरे सीवर से भी जो बंद आ, पानी निकलता नहीं है, तो सड़क च भी टोए आ, जी मर्जी गली च वड़ जाओ, सिर्फ आ थोड़ा वो इलाका इन्ना साफ है इन्ना थोड़ा किया वा। मुश्किल फिर सर मुश्किल तो होनी है, सवारी तो भी पानी पैंदा, अपने भी पैंता, जो एक तेज गड्डी लैके लंघता तभी पानी पैंता, खड्डे च वज गड्डी तभी पानी पैंता। जो सवारी बैठी होंगी कि खतरा पता नहीं कि पानी जितने खड़ा होगा। हाँ जी खड्डा हो सकता जी। प्रशासन की अपील करोगे? प्रशासन ने यो अपील है कि यदा सुधार किया जाए, तो सारे जोड़े आ पानी का जरा निकास किया जाए चंगी तरह सारे शहर। हाँ जी जो संगत आँगी सचखंड श्री हरिमंदर साहब उन्होंने मुश्किल है, क्योंकि कई संगत तुर के जाने वाली होंगी है, कोई पैसे खर्च के जाने वाली होंगी है, तो जो तुर के जाने वाली संगत है उन्होंने ज़्यादा मुश्किल है, क्योंकि उन्होंने जुत्तियाँ लीड़े सब भेज जाते हैं बरसात में, तो ये करके प्रशासन भी बेनती है वह सुधार किया जाए, पानी का निकास किया जाए, जो जल्दी तो जल्दी जो बरसात का पानी वो नाले के वड़ता जाए, सीवर च वड़ता जाए, उसकी सफाई हो। अपना नाम दस्स दिओ। वाहिगुरू जी का खालसा वाहिगुरू जी की फतेह। साडा नाम है जी अमर सिंह। अमर सिंह जी जो मीह पै रहा कि फायदेमंद है जी? देखो मीह तो गर्मी तो बहुत वधिया राहत है, बहुत वधिया फायदे वाली है, बहुत वधिया गल है, मीह पै रहा वधिया गल है। पर जिहड़ा पानी खड़ा इत्थे जिहड़ी सारा गाड़ी सतगुरु श्री हरिमंदर साहब नूं जाणा रस्ता, उत्थे आम श्रद्धालुओं नूं बड़ी मुश्किल आ रही, तुहानूं भी मुश्किल आ रही लंघन दे विच? देखो जी हर बंदे नूं, चाहे जो बाहरों कोई संगत आई है उन्होंने भी है, जिहड़े इत्थों दे रहण वाले आ, बहुत आम भी तो खास भी, ये मुश्किल हर एक नूं है, आम नूं भी मुश्किल है तो खास नूं मुश्किल है। देखो जी ऐसा मीह है ना सेहत वास्ते तो बहुत वधिया है, लेकिन जिहड़ा प्रशासन का जिहड़ा काम है ना इहदे वास्ते तो बहुत है, जदों भी मीह पैंदा है तो थोड़ा जिहा हजे कोई इन्ना वड्डा मीह पिया नहीं, हजे मीह इन्ना वड्डा पिया नहीं, थोड़ा मीह पिया, पर थोड़े मीह पैण नाल ही इक बरसात पानी खलो गया, तो ये वास्ते हर मौके जो कोई हों करते, लेकिन प्रशासन जोड़ा है ये कौम कर निंदा सुता है, ये कौम कर निंदा सुता है, ये जदों का बनया है उदों का ही ये हाल है, तो पानी थोड़ा मीह पैंदा है तो पानी खलो जाता है, ये बारे जो सरकार है सोचना चाहिए, कोई सीवर वड्डे हो जाए। गर्मी भाजी इतने बड़े सोहने वधिया दरख्त होंगे सन, इतने बहुत वधिया दरख्त होंगे सन, कोई जो मीह कहीं पैंदा सी कोई आके दरख्त थले खलो जाता सी, जदों धुप होंदी सी उदों कोई छावें खलो जाता सी, ते जिन्हें भी आ सुंदरता वास्ते इन्हां अपने सुंदरता कहिंदे सुंदरता सुंदरता किहदे नाल है? मनुखां नाल ते रुखां नाल। जे रुख है तो मनुख है, जे रुख है तो मनुख है, जे रुख नहीं तो मनुख नहीं, तो इतने सोना रुख लगने चाहिए ने, तो लोगों को राहत होनी चाहिए है, वधिया जो असली दरख्त है, आ नकली दरख्त नहीं, आ गमलों दरख्त लाए ने, गमलों दरख्त लाए ने, वो दरख्त नहीं उस जगह ही वधिया करके टोया मार के वधिया दरख्त लगन, तो लोगों को राहत आए, गर्मी तो भी राहत आएगी, बहुत वधिया गल है।